ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਨੌਧ ਸਿੰਘ ਪਿੰਡ ਦੀ ਮਿੱਟੀ ਦੇ ਵਿੱਚ ਹੱਸਦੇ ਖੇਡਦੇ ਬਚਪਨ ਗੁਜ਼ਾਰਨ ਵਾਲੇ ਸਰਦੂਲ ਸਿਕੰਦਰ ਇਸ ਸੰਸਾਰ ਤੋਂ ਬਹੁਤ ਜਲਦੀ ਚਲੇ ਗਏ। ਸਰਦੂਲ ਸਿਕੰਦਰ ਖੁਸ਼ੀਆਂ ਅਤੇ ਰਸੇਵੇਂ ਭਰੇ ਗੀਤ ਗਾਉਣ 'ਚ ਇੰਨੇ ਮਾਹਿਰ ਸਨ ਕਿ ਲੱਗਦਾ ਹੀ ਨਹੀਂ ਸੀ ਕਿ ਇੱਕੋ ਸਮੇਂ ਇੱਕ ਇਨਸਾਨ ਦੋ ਤਰ੍ਹਾਂ ਦੇ ਗੀਤਾਂ ਦੇ ਨਾਲ ਬਾਖੂਬੀ ਇੰਨਾ ਇਨਸਾਫ ਕਿਵੇਂ ਕਰਦਾ ਹੈ। ਉਹਨਾਂ ਦੇ ਗੀਤ ਇੰਨੇ ਮਕਬੂਲ ਸਨ ਕਿ ਅੱਜ ਵੀ ਕੰਨਾਂ ਦੇ ਵਿੱਚ ਸਰਦੂਲ ਦੀ ਆਵਾਜ਼ ਪੈਂਦੀ ਹੈ। ਅੰਤਰਰਾਸ਼ਟਰੀ ਮੰਚ 'ਤੇ ਪੰਜਾਬ ਨੂੰ ਨਿਵੇਕਲੇ ਰੂਪ ਵਿੱਚ ਪੇਸ਼ ਕੀਤਾ। ਉਹਨਾਂ ਦੀ ਗਾਇਕੀ ਦਾ ਕੋਈ ਇੱਕ ਰੂਪ ਨਹੀਂ ਸੀ। ਬਹੁਤ ਸਾਰੇ ਲੋਕ ਉਹਨਾਂ ਨੂੰ ਸੁਣਨ ਦੇ ਲਈ ਸਪੈਸ਼ਲ ਤੌਰ 'ਤੇ ਉਹਨਾਂ ਦੇ ਘਰ ਜਾਂਦੇ ਸਨ। ਟੁੱਟਿਆ ਸ਼ੀਸ਼ਾ ਦਿਲਦਾਨੀ ਅਸੀਂ ਕੀਚਰ ਕੀਚਰ ਹੋਏ ਤੇਰੀਆਂ ਯਾਦਾਂ ਬਸਲ ਤੇ ਚਿੱਠੀਆਂ ਫੋਟੋ ਤੱਕ ਰੋ ਪੈਸੇ ਦੀ ਭੁੱਖੀਏ ਭਿਖਾਰ ਨੇ ਸਾਡੇ ਵੀ ਕੰਮ ਫੁੱਲਾਂ ਦੀ ਗੱਜੀਏ ਵਪਾਰ ਨੇ ਕੰਡਿਆਂ ਦੇ ਪਾਂਚ ਸਾਨੂੰ ਹਾਂ ਮੁੱਕ ਜਾਂਦੀ ਜਾਂ ਡੋਲੀ ਚੜ੍ਹਦੀ ਘੁੱਟ ਸੁਬਰ ਦਾ ਪੀ ਲੈਂਦੇ ਦਾਗ ਖਿਜਰ ਦੇ ਤੋ ਮੰਜੂਆਂ ਸੰਗ ਇਹਦੀ ਜੀ ਅਸੀਂ ਹਾਰੇ ਨੀ ਤੂੰ ਜਿੱਤਗੀ ਖਿਡਾਰਨੇ ਹਾਰੇ ਨੀ ਤੂੰ ਜਿੱਤਗੀ ਖਿਡਾਰਨੇ ਛੱਡਿਆ ਵੀ ਸਾਡੇ ਕੁਝ ਕੋਲ ਫੁੱਲਾਂ ਦੀ ਇਹ ਕੱਚੀ ਹੈ ਵਪਾਰ ਕੰਡਿਆਂ ਦੇ ਪੱਜ ਸਾਨੂੰ ਤੋਲਣਾ ਮੀਆਂ ਪਟਰੇ ਦੇ ਮਿਲ ਕਿਤ ਝੂਠੇ ਬਾਜੇ ਮਨ ਮੱਝ ਕੋਲਣਾ ਫੁੱਲਾਂ ਦੀ ਇਹ ਕੱਚੀ ਹੈ ਵਪਾਰ ਕੰਡਿਆਂ ਦੇ ਪਾਚ ਸਾਨੂੰ ਤੋਲਣਾ ਕੰਡਿਆਂ ਦੇ ਪਾਚ ਸਾਨੂੰ ਤੋਲਣਾ। ਸਰਦੂਲ ਸਿਕੰਦਰ ਨੇ ਸਾਲ 1980 ਦੇ ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਸੀ ਅਤੇ ਉਸ ਤੋਂ ਬਾਅਦ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਇੱਕ ਤੋਂ ਇੱਕ ਵਧੀਆ ਗੀਤ ਆਪਣੇ ਚਾਹੁਣ ਵਾਲਿਆਂ ਦੀ ਝੋਲੀ ਦੇ ਵਿੱਚ ਪਾਏ ਸਨ। ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨਾਲ ਪਿਆਰ ਕਰਨ ਵਾਲਾ ਸਰਦੂਲ ਆਪਣੇ ਚਹੇਤਿਆਂ ਦੀ ਯਾਦਾਂ ਦੇ ਵਿੱਚ ਗੀਤਾਂ ਦੇ ਰੂਪ ਵਿੱਚ ਮਹਿਕਦਾ ਰਹੇਗਾ। ਸਾਹ ਕਹਿੰਦਾ ਤੂੰ ਮੈਨੂੰ ਦੋ ਦਿਨ ਛੱਡ ਅਤੇ ਮੈਂ ਤੈਨੂੰ 10 ਦਿਨ ਛੱਡਿਆ। ਜਿਵੇਂ ਜਿਵੇਂ ਸਾਹ ਜਿਹੜਾ ਨਾ ਉਹ ਸਾਹ ਹੈ ਤਾਂ ਜੇ ਤੁਹਾਡੇ ਸਾਹ ਰੁਕ ਗਏ ਤਾਂ ਜ਼ਿੰਦਗੀ ਖਤਮ। ਇਸੇ ਤਰ੍ਹਾਂ ਸਾਹ ਖਤਮ ਹੋ ਗਿਆ ਜ਼ਿੰਦਗੀ ਖਤਮ। ਜੀ 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 ਸਾਹ ਸਟੇਬਲਨੈਸ ਦਾ ਨਾਂ ਹੈ ਸਾਹ।